ਹਾਂਜੀ ਭਾਰਤ ਦੇ ਤੱਥ ਆ ਸਾਰੇ ਪਾਸੇ ਸ਼ੇਅਰ ਕਰੋ ਪੰਜਾਬੀ ਜਿਹੜੀ ਤੁਸੀਂ ਮਾਰਨਿੰਗ ਈਵਨਿੰਗ ਲਿਖਦੇ ਹੁੰਦੇ ਉਹਦੀ ਜਗ੍ਹਾ ਵੀਡੀਓ ਦਾ ਲਿੰਕ ਸ਼ੇਅਰ ਕਰੋ ਭਾਰਤ ਦੇ ਇਦਾਂ ਦੇ ਤੱਥ ਹੈਰਾਨ ਹੋ ਜਾਣਾ ਸਾਰੇ ਪਾਸੇ ਸ਼ੇਅਰ ਕਰ ਲਓ ਜਲਦੀ ਜਲਦੀ ਭਾਰਤ ਦਾ ਸਭ ਤੋਂ ਪਹਿਲਾਂ ਆਧਾਰ ਕਾਰਡ ਕਿਹਨੂੰ ਮਿਲਿਆ ਸੀ ਹਾਂਜੀ ਸਭ ਤੋਂ ਪਹਿਲਾਂ ਆਧਾਰ ਕਾਰਡ 29 ਤਰੀਕ ਨੂੰ 9ਵੇਂ ਮਹੀਨੇ ਦੀ ਨੂੰ 2010 ਚ ਇਸ ਮਹਾਰਾਸ਼ਟਰ ਦੀ ਔਰਤ ਨੂੰ ਮਿਲਿਆ ਸੀ ਇਹਦਾ ਨਾਮ ਸੀ ਰੰਜਨਾ ਦੇਖ ਸਕਦੇ ਆ ਨੈਸ਼ਨਲ ਲਾਂਚ ਆਫ ਆਧਾਰ ਕਾਰਡ ਦੇਖ ਸਕਦੇ ਆ 2010 ਚ ਭਾਰਤ ਦਾ ਸਭ ਤੋਂ ਪਹਿਲਾ ਆਧਾਰ ਕਾਰਡ ਇਸ ਨੂੰ ਮਿਲਿਆ ਸੀ ਭਾਰਤ 'ਚ ਫਾਂਸੀ ਦੇ ਰਸੇ ਇੱਕੋ ਹੀ ਜਗ੍ਹਾ ਤਿਆਰ ਹੁੰਦੇ ਆ ਭਾਰਤ ਦਾ ਸਭ ਤੋਂ ਪਹਿਲਾ ਵੋਟਰ ਕੌਣ ਸੀ ਭਾਰਤ ਦੇ ਮੈਂ ਕਿਹਾ ਤੱਥ ਬਹਿ ਜਾ ਬਹਿ ਜਾ ਦੁਨੀਆ 'ਚ ਤਿੰਨ ਚਾਰ ਕਲਿਕਾਂ ਜਿਹੜੀਆਂ ਕਿ ਉੱਤੇ ਰੱਬ ਨੇ ਪੱਥਰ ਸਿੱਟਿਆ ਸੀ ਉਹਨਾਂ ਤਿਆਰ ਹੋਈਆਂ ਉਹ ਵੀ ਇੰਡੀਆ 'ਚ ਆ ਉਹ ਵੀ ਦਿਖਾਉਣੇ ਆ ਜਲਦੀ ਜਲਦੀ ਸ਼ੇਅਰ ਕਰ ਦਿਓ ਹੌਸਲਾ ਬਹੁਤ ਵਧਣਾ ਇਹ ਵੀਡੀਓ ਮੈਂ ਬਖਰੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ ਤੱਥ ਚੋਣਵੇਂ ਚੋਣਵੇਂ ਮੈਂ ਕਿਹਾ ਰੂਹ ਖੁਸ਼ ਹੋ ਜਾਣੀ ਆ ਤੇ ਸ਼ੁਰੂ ਕਰਦੇ ਆਂ ਜੀ ਤੇ ਇਹ ਆ ਜੀ ਰੰਜਨਾ ਮਹਾਰਾਟਰ ਦੀ ਜਿਸ ਨੂੰ ਭਾਰਤ ਦਾ ਸਭ ਤੋਂ ਪਹਿਲਾ ਆਧਾਰ ਕਾਰਡ ਮਿਲਿਆ ਇਹਦੀ ਹਾਲਤ ਅੱਜ ਕੀ ਆ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਪਹਿਲੀ ਫੋਟੋ ਚੇਂਜ ਹੋਣ ਨੂੰ ਥੋੜਾ ਜਿਹਾ ਸਮਾਂ ਲਾਉਂਦਾ ਮੁੰਡਾ ਡੱਬਿਆਂ ਦਾ ਪਿੰਡ ਨਰੂੜ ਵਾਲਾ ਬਾਅਦ ਚ ਤਾਂ ਫਿਰ ਚਲੋ ਚੱਲ ਚਲੋ ਚੱਲ ਚਲੋ ਚੱਲ ਹਾਂਜੀ ਰੰਜਨਾ ਲੇਖ ਲਓ ਜੀ ਕਾਪੀ ਤੇ ਬਹੁਤ ਕੰਮ ਦੀਆਂ ਗੱਲਾਂ ਆ ਓਕੇ ਆ ਜਾਓ ਫਿਰ ਭਾਰਤ ਦਾ ਸਭ ਤੋਂ ਪਹਿਲਾ ਵੋਟਰ ਹੈ ਜੀ ਸ਼ਾਮਸਰਨ ਨੇਗੀ 1951 ਚ ਜਦੋਂ ਭਾਰਤ ਦੀਆਂ ਪਹਿਲੀਆਂ ਆਜ਼ਾਦ ਭਾਰਤ ਦੀਆਂ ਪਹਿਲੀਆਂ ਵੋਟਾਂ ਪਈਆਂ ਸੀ ਸਭ ਤੋਂ ਪਹਿਲੀ ਵੋਟ ਭਾਰਤ ਦੇ ਇਤਿਹਾਸ ਚ ਪਈ ਆਜ਼ਾਦ ਭਾਰਤ ਦੇ ਸ਼ਾਮਸਰਨ ਨੇਗੀ ਹਿਮਾਚਲ ਪ੍ਰਦੇਸ਼ ਦਾ ਕਿਉਂਕਿ ਠੰਡੇ ਇਲਾਕੇ ਸਨੋ ਵਾਲੇ ਉਧਰ VOTING ਪਹਿਲਾਂ ਸ਼ੁਰੂ ਹੋ ਗਈ ਸੀ ਸੋ ਸਭ ਤੋਂ ਪਹਿਲਾ ਵੋਟ ਪਈ ਸੀ ਇਹ ਨੇ ਤੇ ਕਿਨੌਰ ਜ਼ਿਲ੍ਹੇ ਚ ਹਿਮਾਚਲ ਪ੍ਰਦੇਸ਼ ਚ ਇਹ ਆ ਜੀ ਭਾਰਤ ਆਜ਼ਾਦ ਭਾਰਤ ਦਾ ਸਭ ਤੋਂ ਪਹਿਲਾ ਵੋਟਰ ਜਿਸ ਨੇ ਵੋਟ ਪਾਈ ਸਭ ਤੋਂ ਪਹਿਲਾ ਸ਼ਾਮ ਸਰਨ ਨੇਗੀ ਤੇ ਹਾਂਜੀ ਤੇ ਹੋਰ ਦਿਖਾਉਨੇ ਆ ਜੀ ਬਾਈ ਜੀ ਭਾਰਤ ਦੇ ਇੱਕ ਹਿੱਸੇ 'ਚ ਇੱਕ ਅਜਿਹਾ ਸ਼ਹਿਰ ਹੈ ਜਿਹਦਾ ਨਾਂ ਪਾਕਿਸਤਾਨ ਹੈ ਹਾਂਜੀ ਸਹੀ ਸੁਣਿਆ ਭਾਰਤ ਜੀ ਵੀ ਪਾਕਿਸਤਾਨ ਉਹ ਕਿੱਥੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਪਹਿਲਾਂ ਤੁਹਾਨੂੰ ਦਿਖਾਉਨੇ ਆ ਜੀ ਇਹ ਹਾਂ ਸੈਂਟਰ ਕਿਹੜਾ ਆ ਭਾਰਤ ਦੇ ਦੇਸ਼ ਦਾ ਸੈਂਟਰ ਕਿਹੜਾ ਆ ਜੀ ਇਹ ਦੋ ਤਿੰਨ ਜਗ੍ਹਾ ਇਹ ਕਿਹਾ ਜਾਂਦਾ ਪਰ ਇੱਥੇ ਦੇਖ ਸਕਦੇ ਸਰਕਾਰ ਵੱਲੋਂ ਆਪਣੇ ਤੌਰ ਤੇ ਇਹ ਲਾਇਆ ਗਿਆ ਹਨਾ ਦੋ ਤਿੰਨ ਜਗ੍ਹਾ ਥੋੜਾ ਜਿਹਾ ਕਨਫਿਊਜ਼ਨ ਆ ਪਰ ਇਹ ਹੀ ਆ ਮੋਸਟਲੀ ਵੀ ਮਤਲਬ ਸਾਊਥ ਹੋ ਗਿਆ ਨਾਰਥ ਈਸਟ ਵੈਸਟ ਸੈਂਟਰ ਕਿਹੜਾ ਆ ਇੰਡੀਆ ਦਾ ਸੈਂਟਰ ਕਿਹੜਾ ਸੋ ਸੈਂਟਰ ਹੈਗਾ ਜੀ ਮੱਧ ਪ੍ਰਦੇਸ਼ 'ਚ ਹੀ ਪੈਂਦਾ ਆ ਤੇ ਹੋਰ ਵੀ ਇੱਕ ਪਿੰਡ ਦਾ ਨਾਮ ਲਿਖਿਆ ਗਿਆ ਸੀ ਉਹ ਵੀ ਮੱਧ ਪ੍ਰਦੇਸ਼ ਚਈ ਆ ਸੋ ਦੇਖ ਸਕਦੇ ਆ ਸਾਰਾ ਕੁਝ ਲਿਖਿਆ ਗਿਆ ਕਿਹੜੀ ਤਹਿਸੀਲ ਆ ਕਿੱਥੇ ਇਹ ਆ ਤੇ ਜੀਓਗ੍ਰਾਫੀਕਲ ਸੈਂਟਰ ਪੁਆਇੰਟ ਆਫ ਇੰਡੀਆ ਸੋ ਇੰਡੀਆ ਦਾ ਜੀਓਗ੍ਰਾਫੀਕਲ ਅੱਧ ਕਿੱਥੇ ਆ ਹਨਾ ਵੀ ਸੈਂਟਰ ਕਿੱਥੇ ਆ ਹਨਾ ਦੇਸ਼ ਦਾ ਸਾਰਾ ਕੁਝ ਲਿਖਿਆ ਗਿਆ ਹਾਈਟ ਕਿੰਨੀ ਆ ਸਾਰਾ ਹੀ ਕੁਝ ਲਿਖਿਆ ਗਿਆ ਵੀ ਮੀਂਹ ਕਿੰਨਾ ਪੈਂਦਾ ਪਿੰਡ ਸ਼ਹਿਰ ਜ਼ਿਲ੍ਹਾ ਸਾਰਾ ਹੀ ਕੁਝ ਤੇ ਤੁਹਾਨੂੰ ਦਿਖਾਉਣਾ ਜੀ ਭਾਰਤ ਜੀ ਵੀ ਇੱਕ ਪਾਕਿਸਤਾਨ ਆ ਤੇ ਆਉਣ ਵਾਲੇ ਸਮਝੀ ਨਹੀਂ ਚੇਂਜ ਹੀ ਕਰ ਦੇਣਾ ਜਿਹਦਾ ਜੂਪੀ ਚ ਹੁੰਦਾ ਹੁਣ ਨੂੰ ਚੇਂਜ ਹੋਇਆ ਹੋਣਾ ਸੀ ਇਹ ਜੂਪੀ ਵਾਲਾ ਜੋ ਇੱਕ ਚੀਜ਼ ਦਾ ਨਾਂ ਹੀ ਚੇਂਜ ਕਰੀ ਜਾਂਦਾ ਤੇ ਇਹ ਪਾਕਿਸਤਾਨ ਹੈਗਾ ਜੀ ਬਿਹਾਰ ਚ ਹਾਂਜੀ ਸਹੀ ਸੁਣਿਆ ਤੁਸੀਂ ਤੁਸੀਂ ਵੀ ਆਪਣੇ ਤੌਰ ਤੇ ਸਰਚ ਕਰ ਸਕਦੇ ਆ ਪਾਕਿਸਤਾਨ ਇੱਕ ਪਿੰਡ ਦਾ ਨਾਂ ਆ ਜੀ ਪੁਰਲੀਆਂ ਜ਼ਿਲ੍ਹੇ ਚ ਬਿਹਾਰ ਚ ਇਹ ਉਹੀ ਜਿਹੜੇ ਪਾਕਿਸਤਾਨ ਮੁਸਲਿਮ ਭਾਈਚਾਰੇ ਵਾਲੇ ਚੱਲ ਗਏ ਸੀ ਉਹਨਾਂ ਦੀ ਯਾਦ ਚ ਇਸ ਪਿੰਡ ਦਾ ਨਾਂ ਪਾਕਿਸਤਾਨ ਰੱਖਿਆ ਗਿਆ ਸੀ ਅਜੇ ਵੀ ਇਸ ਪਿੰਡ ਦਾ ਨਾਂ ਪਾਕਿਸਤਾਨ ਆ ਪਰ ਉੱਥੇ ਇਸ ਵੇਲੇ ਕੋਈ ਵੀ ਮਸਜਿਦ ਹੈ ਨਹੀਂ ਜਾਂ ਮੁਸਲਮਾਨ ਭਾਈਚਾਰੇ ਦਾ ਕੋਈ ਵੀ ਬੰਦਾ ਨਹੀਂ ਰਹਿੰਦਾ ਲਿਖਿਆ ਹੋਇਆ ਤੁਹਾਡੇ ਸਾਹਮਣੇ ਤੇ ਆਉਣ ਵਾਲੇ ਸਮੇਂ 'ਚ ਮੇਰੀ ਗੱਲ ਚੇਤੇ ਰੱਖਿਓ ਮੋਦੀ ਹੁਣੀ ਇਹਦਾ ਵੀ ਨਾਂ ਚੇਂਜ ਕਰ ਦੇਣਾ ਵੀ ਪਾਕਿਸਤਾਨ ਨਾਂ ਦਾ ਪਿੰਡ ਭਾਰਤ 'ਚ ਕਾਤੇ ਆ ਸੋ ਦੇਖ ਸਕਦੇ ਆ ਜੀ ਇਹ ਪਹਿਲਾਂ ਹੀ ਦਾ ਬਾਰਡਰ ਇਧਰ ਆਪਣੇ ਬੰਗਲਾਦੇਸ਼ ਨਾਲ ਵੀ ਲੱਗਦਾ ਸੀ ਪਰ ਬਾਅਦ 'ਚ ਉਹ ਜਿਹੜਾ ਜ਼ਿਲ੍ਹਾ ਆ ਇੱਕ ਉਹ ਚਲ ਗਿਆ ਸੀ ਪੱਛਮੀ ਬੰਗਾਲ 'ਚ ਸੋ ਇਹ ਅਜੇ ਵੀ ਇਸ ਬਿੱਲੇ ਵੀ ਅਕਤੂਬਰ 26 2021 ਨੂੰ ਵੀਡੀਓ ਪਾ ਰਿਆ ਜੀ ਨਰੂੜ ਪਿੰਡ ਵਾਲਾ ਤੇ ਅਜੇ ਵੀ ਇੰਡੀਆ ਚ ਇਸ ਪਿੰਡ ਦਾ ਨਾਮ ਪਾਕਿਸਤਾਨ ਆ ਤੇ ਕਿਹੜੀ ਸਟੇਟ ਚ ਆ ਉਹ ਵੀ ਸਾਰਾ ਕੁਝ ਲਿਖਿਆ ਹੋਇਆ ਆਪਣੇ ਤੌਰ ਤੇ ਤੁਸੀਂ ਤਸੱਲੀ ਕਰਨੀ ਆ ਵੀ ਬਾਈ ਜੀ ਸੱਚੀ ਗੱਲ ਆ ਕਰ ਸਕਦੇ ਆ ਜੀ ਦੇਖ ਸਕਦੇ ਆ ਮਹਾਤਮਾ ਗਾਂਧੀ ਗ੍ਰਾਮੀਣ ਯੋਜਨਾ ਜਿਹਦਾ ਪਿੰਡਾ ਚ ਹੁੰਦੀ ਯੋਜਨਾ ਕਾ ਨਾਮ ਸੰਗਾਲੀ ਟੋਲਾ ਸੇ ਪਾਕਿਸਤਾਨ ਸੋ ਪਾਕਿਸਤਾਨ ਦੂਜੇ ਗਵਾਂਡੀ ਦੇਸ਼ ਪਾਕਿਸਤਾਨ ਨੂੰ ਨੀ ਇਸ ਪਿੰਡ ਨੂੰ ਬਣਾਉਣੀ ਸੀ ਸੜਕ ਉਹਨਾਂ ਨੇ ਸੰਗਾਲੀ ਟੋਲਾ ਪਿੰਡ ਤੋਂ ਪਾਕਿਸਤਾਨ ਪਿੰਡ ਤੱਕ ਸੋ ਇਹ ਪਾਕਿਸਤਾਨ ਨਾਂ ਦਾ ਪਿੰਡ ਇੱਕ ਇੰਡੀਆ 'ਚ ਵੀ ਆ ਹਾਂਜੀ ਤੇ ਹੋਰ ਦਿਖਾਉਣੇ ਆ ਜੀ ਤੁਹਾਨੂੰ ਤੇ ਇਹ ਪਹਿਲਾਂ ਆ ਦਿਖਾਉਂਦੇ ਤੁਹਾਨੂੰ ਕਿ ਨਦੀ ਦਿਖਾਉਣੇ ਆ ਜਿਹੜੀ ਕਿ ਬਾਈ ਜੀ ਪੱਥਰ ਡਿਗਿਆ ਸੀ ਉੱਤੋਂ ਆਪਣੇ ਜਿੱਦਾਂ ਮੀਡੀਆ 'ਚ ਆਉਂਦਾ ਹੁੰਦਾ ਜੀ ਪੱਥਰ ਡਿਗਣਾ ਦੁਨੀਆ ਖਤਮ ਹੋ ਜਾਣੀ ਐ ਇਦਾਂ ਉਦਾਂ ਲੋਨਾਰ ਲੈ ਕੇ ਆ ਜੀ ਮਹਾਰਾਸ਼ਟਰ 'ਚ ਉੱਤੇ ਉਹ ਪੱਥਰ ਡਿਗਿਆ ਸੀਗਾ ਤੇ ਇਹ ਤਿਆਰ ਹੋਈ ਸੀ ਇਹ ਪਤੰਦਰ ਦੀ ਕਦੀ ਰੰਗ ਹੈ ਹੈ ਇਹ ਰੰਗਾਈ ਰੰਗਾਈ ਬਦਲਦੀ ਰਹਿੰਦੀ ਆ ਕਦੀ ਇਹ ਗ੍ਰੀਨ ਹੋ ਜਾਂਦੀ ਕਦੀ ਪਿੰਕ ਹੋ ਜਾਂਦੀ ਆ ਦੇਖ ਸਕਦੇ ਆ ਜੀ ਸੁੱਕਦੀ ਨਹੀਂ ਕਦੀ ਵੀ ਸੋ ਇੱਕ ਯੂਬਾ ਹੀ ਐ ਦੂਮਦਨੀਯਾਦਾਰੀ ਦਾ ਇਹ ਮਹਾਰਾਸ਼ਟਰ ਚ ਐ ਵੀ ਦੇਖ ਸਕਦੇ ਆ ਇਸ ਦਾ ਕਲਰ ਇਸ ਵੇਲੇ ਗ੍ਰੀਨ ਆ ਪਿੱਛੇ ਜੇ ਇਹ ਪਿੰਕ ਹੋ ਗਈ ਸੀ ਤੇ ਲੋਕ ਵਿਗਿਆਨੀ ਆ ਉਹਨੂੰ ਵਿਗਿਆਨੀਆਂ ਨੂੰ ਇਹਨੇ ਚਿੰਤਾ ਚ ਪਾਈ ਰੱਖਿਆ ਵੀ ਇਹਨੂੰ ਕੀ ਹੋ ਗਿਆ ਹੈ ਰੰਗ ਪਟਾ ਗਈ ਰੁਤਾਵਾਂ ਨੂੰ ਬਦਲ ਗਈ ਤੇ ਇਹ ਜੀ ਉਹੀ ਸੇਮ ਲੇਕ ਆ ਜਿਹੜੀ ਕਿ ਉੱਤੋਂ ਆਸਮਾਨ ਤੋਂ ਪੱਥਰ ਡਿੱਗਣ ਨਾਲ ਬਣੀ ਸੀਗੀ ਕਦੀ ਇਹ ਗ੍ਰੀਨ ਹੋ ਜਾਂਦੀ ਕਦੀ ਪਿੰਕ ਕਦੀ ਸ਼ਰਦਾਈ ਰੰਗੀ ਹੋ ਜਾਂਦੀ ਆ ਤੇ ਹੋਰ ਦਿਖਾਉਣੇ ਆ ਜੀ ਤੁਹਾਨੂੰ ਇਦਾਂ ਹੀ ਇੱਕ ਲੇਕ ਆ ਜਿੱਥੇ ਹੱਡੀਆਂ ਹੀ ਹੱਡੀਆਂ ਮਿਲਦੀਆਂ ਉਹਦਾ ਵੀ ਦੱਸਦੇ ਆ ਇੰਡੀਆ ਦੀ ਸਭ ਤੋਂ ਛੋਟੇ ਕੱਦ ਵਾਲੀ ਆਈਐਸ ਅਧਿਕਾਰੀ ਹੈ ਜੀ ਆਰਤੀ ਡੋਗਰਾ 3 ਫੁੱਟ 3 ਇੰਚ ਦਾ ਇਹਨਾਂ ਦਾ ਕੱਦ ਹੈ ਇਹਨਾਂ ਨੂੰ ਛੋਟੀ ਉਮਰ ਤੋਂ ਹੀ ਜਦੋਂ ਦੇ ਸਕੂਲ ਕਾਲਜ ਜਾਣ ਲੱਗੇ ਤੇ ਬਹੁਤ ਜਿੱਦਾਂ ਆਪਣੇ ਯਾਰ ਆਪਣੇ ਇੰਡੀਆ 'ਚ ਸਪੈਸ਼ਲੀ ਕਾਲੇ ਰੰਗ ਵਾਲਾ ਇਹਨੂੰ ਮੋٹے ਨੱਕ ਵਾਲੇ ਨੂੰ ਛੋਟੇ ਕੱਦ ਵਾਲੇ ਨੂੰ ਤੁਹਾਨੂੰ ਪਤਾ ਹੀ ਹੈ ਕਿੰਨੀ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਕਿੱਦਾਂ ਸੁਣਨੀਆਂ ਪੈਂਦੀਆਂ ਗੱਲਾਂ ਪਰ ਦੇਖ ਸਕਦੇ ਆ ਵੱਡੇ ਵੱਡੇ ਅਫਸਰ ਹੁਣ ਉਹਦੇ ਪਿੱਛੇ ਚੱਲਦੇ ਆ ਕਿਉਂ ਕਿਉਂਕਿ ਆਈਐਸ ਆ ਬਾਈ ਜੀ ਸਟੱਡੀ ਉਹ ਨਹੀਂ ਕੀਤੀ ਕਲੈਕਟਰ ਲੱਗੇ ਕਈਆਂ ਜ਼ਿਲ੍ਹਿਆਂ 'ਚ ਬਹੁਤ ਵਧੀਆ ਵਧੀਆ ਕਾਰਜ ਕੀਤੇ ਦੇਖ ਸਕਦੇ ਆ ਜੀ ਇਹ ਜਿਹੜੇ ਆਲੇ ਦੋਲੇ ਵੱਡੇ ਵੱਡੇ ਪੁਲਿਸ ਅਫਸਰ ਤੁਰੇ ਹੋ ਆ ਇਹਨਾਂ ਦੇ ਇੱਕ ਆਰਡਰ ਦੀ ਮਾਰਿਆ ਕਹਿੰਦਾ ਭਾਬਾ ਵੀ ਇਹ ਆਰਡਰ ਦਿੰਦੇ ਆ ਹਨਾ ਆਈਐਸਆਰਤੀ ਡੋਗਰਾ ਸੋ 3 ਫੁੱਟ 3 ਇੰਚ ਇਹਨਾਂ ਦਾ ਕੱਦ ਆ ਭਾਰਤ ਦੇ ਸਭ ਤੋਂ ਛੋਟੇ ਕੱਦ ਵਾਲੇ ਪਰ ਇਹਨਾਂ ਨੇ ਆਪਣੀ ਹੀਣ ਭਾਵਨਾ ਤੋਂ ਉੱਤੇ ਉੱਠ ਕੇ ਮਤਲਬ ਇੱਕ ਉਦਾਹਰਨ ਬਣਿਆ ਹੈ ਕਮਿਊਨਿਟੀ ਚ ਵੀ ਬਾਈ ਜੀ ਕੱਦ ਕੁੱਦ ਨਹੀਂ ਮੈਟਰ ਕਰਦਾ ਮੈਟਰ ਕਰਦਾ ਬੰਦੇ ਦਾ ਦਿਮਾਗ ਤੇ ਖਾ ਲਓ ਸਿਆਲਾਂ ਦੇ ਦਿਨਾਂ ਚ ਸਾਗ ਦੇਖ ਸਕਦੇ ਆ ਜੀ ਕਲਾਮ ਜੀ ਨਾਲ ਤਸਵੀਰ ਹੈ ਇਹਨਾਂ ਦੀ ਤੇ ਕਲਾਮ ਜੀ ਜਦੋਂ ਰਾਸ਼ਟਰਪਤੀ ਹੁੰਦੇ ਸੀ ਆਰਤੀ ਡੋਗਰਾ ਇਹਨਾਂ ਦਾ ਨਾਂ ਆ ਤੇ ਹਾਂਜੀ ਹੋਰ ਦਿਖਾਉਣੇ ਆ ਤੁਹਾਨੂੰ ਇੱਕ ਚੀਜ਼ ਤੇ ਚੀਜ਼ਾਂ ਤਾਂ ਬਾਈ ਜੀ ਕਈ ਆ ਤੇ ਹਾਂਜੀ ਭਾਰਤ 'ਚ ਜਿਹੜੀ ਫਾਂਸੀ ਦਿੱਤੀ ਜਾਂਦੀ ਆ ਇੰਡੀਆ 'ਚ ਜਿੱਦਾਂ ਬਈ ਨਤੂਰਾਮ ਗੋਡਸੇ ਨੂੰ ਫਾਂਸੀ ਦਿੱਤੀ ਗਈ ਸੀ ਉਹ ਵੀ ਉੱਥੋਂ ਹੀ ਰੱਸਾ ਤਿਆਰ ਹੋਇਆ ਆਪਣੇ ਨਿਰਪਿਆ ਕਤਲ ਕੇਸ ਵਾਲਾ ਅਫੀਸ਼ਲ ਗੁਰੂ ਸਾਰਿਆਂ ਨੂੰ ਜਿੰਨੀ ਵੀ ਇੰਡੀਆ 'ਚ ਫਾਂਸੀ ਦਿੱਤੀ ਜਾਂਦੀ ਬਾਈ ਜੀ ਸਾਰੇ ਇੰਡੀਆ ਦੀ ਫਾਂਸੀ ਦਾ ਰੱਸਾ ਇੱਕੋ ਹੀ ਜਗ੍ਹਾ ਤੇ ਤਿਆਰ ਹੁੰਦਾ ਉਹ ਹੈਗੀ ਬਕਸਰ ਜੇਲ ਪਰ ਇਸ ਦਾ ਕਾਟਨ ਇਸ ਦਾ ਸੂਤ ਜਾਂਦਾ ਪੰਜਾਬ ਤੋਂ ਤੇ ਤੁਸੀਂ ਆਪਣੇ ਤੌਰ ਤੇ ਵੀ ਹਰ ਇੱਕ ਚੀਜ਼ ਦੀ ਤਸੱਲੀ ਕਰ ਸਕਦੇ ਜੇ ਤੁਹਾਨੂੰ ਕਿਤੇ ਲੱਗੇ ਵੀ ਯਾਰ ਐਵੇਂ ਛੱਡੀ ਜਾਂਦਾ ਫੌੜ ਮਾਰੀ ਜਾਂਦਾ ਹਰ ਇੱਕ ਚੀਜ਼ ਦਾ ਤੁਸੀਂ ਇੰਟਰਨੈਟ ਤੋਂ ਆਪਣੇ ਤੌਰ ਤੇ ਤਸੱਲੀ ਕਰ ਸਕਦੇ ਬਕਸਰ ਜੇਲ ਆ ਜੀ ਇੱਥੇ ਰੱਸਾ ਤਿਆਰ ਹੁੰਦਾ ਫਾਂਸੀ ਵਾਲਾ ਤੇ ਇੱਥੇ ਜਿਹੜਾ ਰੱਸਾ ਤਿਆਰ ਹੋਇਆ ਕਿਹਨੂੰ ਕਿਹਨੂੰ ਸਜ਼ਾ ਦਿੱਤੀ ਗਈ ਦੇਖ ਸਕਦੇ ਆ ਨੱਥੂ ਰਾਮ ਗੋੜਸੇ ਨੂੰ ਅਫੀਸ਼ਲ ਗੁਰੂ ਨੂੰ ਯਾਕੂਬ ਮੈਨਨ ਨੂੰ ਅਜਬਲ ਖਸਾਬ ਨੂੰ ਤੇ ਬਾਕੀ ਨਿਰਪਿਆ ਕੇਸ ਵਾਲੇ ਜਿਹੜੇ ਚਾਰ ਰੇਪੇਸਟ ਸੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਜਦੋਂ ਰੱਸਾ ਇੱਥੋਂ ਤਿਆਰ ਹੀ ਇੱਥੇ ਹੁੰਦਾ ਸਾਰੇ ਇੰਡੀਆ ਦਾ ਫਾਂਸੀ ਦਾ ਰੱਸਾ ਜਦੋਂ ਵੀ ਕਿਸੇ ਨੂੰ ਫਾਂਸੀ ਦੇਣੀ ਹੁੰਦੀ ਰੱਸਾ ਇੱਥੋਂ ਤਿਆਰ ਹੁੰਦਾ ਇਹਦਾ ਕਾਰਨ ਕੀ ਆ ਪਹਿਲਾਂ ਜੀ ਰੱਸਾ ਹੋਂਦਾ ਹੁੰਦਾ ਸੀ ਮਨੀਲਾ ਤੋਂ ਉਹਨੂੰ ਕਹਿੰਦੇ ਹੁੰਦੇ ਸੀ ਫਿਲੀਪੀਨ ਦੀ ਰਾਤ ਤਾਂ ਨਹੀਂ ਮਨੀਲਾ ਤੋਂ ਪਹਿਲਾਂ ਰੱਸਾ ਆਉਂਦਾ ਹੁੰਦਾ ਸੀ ਫਾਂਸੀ ਵਾਲਾ ਉਹਨੂੰ ਮਨੀਲਾ ਰੋਪ ਕਿਹਾ ਜਾਂਦਾ ਸੀ ਮਨੀਲਾ ਰੋਪ ਭਰਿਓ ਤੁਹਾਡੇ ਸਾਹਮਣੇ ਸਾਰੀ ਹਿਸਟਰੀ ਆ ਜਾਣੀ ਆ ਤੇ ਬਖਸਰ ਜੇਲ੍ਹ ਆ ਜਿਹੜੀ ਜੀ ਗੰਗਾ ਨਦੀ ਦੇ ਕਿਨਾਰੇ ਆ ਤੇ ਰੱਸਾ ਤਿਆਰ ਕਰਨ ਲਈ ਜੋ অনুকূল ਬਾਤਾਵਾਰ ਚਾਹੀਦਾ ਨਮੀ ਚਾਹੀਦੀ ਪਾਣੀ ਚ ਸਾਰੇ ਕੁਝ ਸਿਸਟਮ ਇਹਨੂੰ ਵਧੀਆ ਕਰ ਦਿੰਦਾ ਰੱਸੇ ਨੂੰ ਹਨਾ ਸਟਰੋਂਗ ਬਣਾ ਦਿੰਦਾ ਆ ਸੋ ਕਾਟਨ ਆਪਣੇ ਪੰਜਾਬ ਤੋਂ ਜਾਂਦਾ ਆ ਜੇ ਕਿਸੇ ਨੂੰ ਵੀ ਕਦੇ ਵੀ ਅਨ ਫਿਊਚਰ ਵੀ ਇੰਡੀਆ 'ਚ ਫਾਂਸੀ ਦੇਣੀ ਰੱਸਾ ਇੱਥੋਂ ਹੀ ਤਿਆਰ ਹੋਣਾ ਬਕਸਰ ਜੇਲ ਤੋਂ ਜੋ ਜਿਹੜੀ ਕਿ ਬਿਹਾਰ 'ਚ ਆਏ ਨਾਂ ਲਿਖੇ ਹੋਏ ਵੀ ਕਿਹਨਾਂ ਕਿਹਨਾਂ ਨੂੰ ਫਾਂਸੀ ਦਿੱਤੀ ਗਈ ਸੋ ਇਹ ਕਿਤੇ ਵੀ ਸਵਾਲ ਵੀ ਆ ਸਕਦਾ ਹੈ ਨਾ ਬੱਚਿਆਂ ਨੂੰ ਸਪੈਸ਼ਲੀ ਵੀਡੀਓ ਦਿਖਾਇਆ ਕਰੋ ਬੜੀ ਹੈਰਾਨੀ ਜਨਕ ਗੱਲ ਹੈ ਆ ਭੀ ਇੰਡੀਆ ਚ ਕਿਸੇ ਨੂੰ ਵੀ ਜਦੋਂ ਦੇਖ ਲਓ ਕਦੋਂ ਦਾ ਇਹ ਅੰਗਰੇਜ਼ਾਂ ਦੇ ਬੇਲੇ ਦੀ ਜਿੱਦਾਂ ਕਹਿੰਦਾ ਹੁੰਦਾ ਨਾ ਸ਼ੋਲੇ ਫਿਲਮ ਤੇ ਹਮ ਅੰਗਰੇਜ਼ੋਂ ਕੇ ਟਾਈਮ ਕੇ ਹੈ ਇਹ ਜੇਲ ਵੀ ਉਦੋਂ ਦੀ ਆ ਤੇ ਰੱਸਾ ਵੀ ਉਦੋਂ ਦਾ ਹੀ ਤਿਆਰ ਹੁੰਦਾ ਹੋਰ ਸਾਰੇ ਇੰਡੀਆ ਚ ਰੱਸਾ ਨਹੀਂ ਤਿਆਰ ਹੁੰਦਾ ਜਦੋਂ ਸਰਕਾਰੀ ਤੌਰ ਤੇ ਕਿਸੇ ਨੂੰ ਫਾਂਸੀ ਦੇਣੀ ਹੋਵੇ ਹਨਾ ਹੁਣ ਜਿਹੜੇ ਆਪਣੇ ਇਹੜੇ ਦਿੱਲੀ 'ਚ ਮਰੇ ਸੀ 11 ਜਣੇ ਪਰਿਵਾਰ ਦੇ ਉਹਨੇ ਇੱਥੋਂ ਦੀ ਸੀ ਰੱਸਾ ਤਿਆਰ ਕਰਾਇਆ ਉਹਨੇ ਤਾਂ ਚਲੋ ਚੁੰਨੀਆਂ ਹੀ ਬੰਨੀਆਂ ਸੀਗੀਆਂ ਕਹਿੰਦਾ ਭਾਬਾ ਜਦੋਂ ਭਾਰਤ ਸਰਕਾਰ ਕਿਸੇ ਨੂੰ ਸਜ਼ਾ ਦਿੰਦੀ ਆ ਫਾਂਸੀ ਦੀ ਸੋ ਰੱਸਾ ਸਾਰੇ ਦੇਸ਼ ਦਾ ਇੱਥੋਂ ਹੀ ਤਿਆਰ ਹੁੰਦਾ ਫਾਂਸੀ ਵਾਲਾ ਬਖਸਰ ਜੇਲ੍ਹ ਤੋਂ ਹਾਂਜੀ ਤੇ ਹੋਰ ਦਹੋਣੇ ਆ ਜੀ ਤੇ ਬਾਈ ਜੀ ਆਹ ਕੁੜੀ ਏ ਖਬਰ ਥੋੜੀ ਨੇਪਾਲ ਦੀ ਜੁੜ ਗਈ ਮੈਨੂੰ ਆਪਣੇ ਆਪ ਨੂੰ ਪਰਸਨਲੀ ਵਧੀਆ ਲੱਗੀ ਇਹ ਕੁੜੀ ਦਾ ਨਾਮ ਆ ਜੀ ਪ੍ਰਕਿਰਤੀ ਮੱਲਾ ਤੇ 7ਵੀਂ 8ਵੀਂ ਕਲਾਸ ਚ ਪੜਦੀ ਸੀ ਇਹਦੀ ਲਿਖਾਈ ਜਿਹੜੀ ਕਿਹਾ ਜਾਂਦਾ ਦੁਨੀਆ ਦੀ ਸਭ ਤੋਂ ਵਧੀਆ ਹੈਂਡਰਾਈਟਿੰਗ ਦਾ ਕਿਤਾਬ ਇਹਨੂੰ ਮਿਲਿਆ ਇੱਕ ਕਿਸਮ ਦਾ ਹਨਾ ਦੇਖ ਸਕਦੇ ਆ ਜੀ ਇਹ ਹੱਥੀ ਲਿਖਿਆ ਹੋਇਆ ਕੁੜੀ ਨੇ ਪ੍ਰਕਿਰਤੀ ਮੱਲਾ ਨੇਪਾਲ ਦੀ ਸੀ 8ਵੀਂ ਕਲਾਸ ਚ ਪੜਦੀ ਸੀ ਲਿਖਾਈ ਦੇਖੋ ਯਾਰ ਹੈ ਜਿੱਦਾਂ ਕੰਪਿਊਟਰ ਨਾਲ ਲਿਖਾਂਦਾ ਕੰਪਿਊਟਰ ਨਾਲ ਲੱਗਦਾ ਕੋਈ ਕਹਿ ਦੋ ਵੀ ਹੱਥ ਦੀ ਲਿਖਾਈ ਆ ਨਾ ਵੀ ਤੁਹਾਨੂੰ ਦਿਖਾਤਾ ਜੀ ਪ੍ਰਕਿਰਤੀ ਮੱਲਾ ਤੇ ਇਹਦਾ ਨਾਮ ਭਰ ਕੇ ਤੁਸੀਂ ਦੇਖ ਸਕਦੇ ਆ ਮੈਂ ਤਾਂ ਯਾਰ ਹੈਰਾਨੇ ਹੀ ਲੱਗਿਆ ਕਿੰਨੇ ਸੋਹਣੇ ਕਾਂਕ ਟੂਟੇ ਮਾਰੇ ਹੋ ਬੱਲੇ ਯਾਰ ਦਰੂਹੋਸ਼ ਕਰਤੀ ਤੇਰੇ ਤੇਰੇ ਲਿਖਾਈ ਵਾਲੇ 20 ਨੰਬਰ ਪੱਕੇ ਸਾਡੇ ਵਰਗੇ ਨੂੰ ਲੇਖ ਆਉਂਦਾ ਨਹੀਂ ਸੀ ਹੁੰਦਾ ਕੌਮੇ ਗੂਮੇ ਡੰਡੀਆਂ ਲਾਗੇ ਜੀ ਮਾਸਟਰ ਜੀ ਇੰਨੇ ਕੇ ਨੰਬਰ ਦੇ ਦਿਓ ਕੌਮੇ ਡੰਡੀਆਂ ਦੇ ਤੇ ਇਹ ਆ ਜੀ ਕੁੜੀ ਆ ਵਾਲੀ ਇਹਦੀ ਲਿਖਾਈ ਆ ਜੀ ਦੁਨੀਆ ਦੀ ਸਭ ਤੋਂ ਵਧੀਆ ਲਿਖਾਈ ਦਾ ਖਤਾਬ ਇੱਕ ਕਿਸਮ ਦਾ ਇਸ ਕੋਲ ਆ ਜੀ ਹਾਂਜੀ ਤੇ ਹੁਣ ਦਿਖਾਉਨੇ ਆ ਜੀ ਤੁਹਾਨੂੰ ਇੰਡੀਆ ਚ ਇੱਕ ਨਦੀ ਆ ਜਿੱਥੇ ਹੱਡੀਆਂ ਮਿਲਦੀਆਂ ਕਈ ਕਰੋੜਾਂ ਸਾਲ ਪੁਰਾਣੀਆਂ ਹਾਂ ਹਾਂਜੀ ਸਹੀ ਸੁਣਿਆ ਤੁਸੀਂ ਤੇ ਉਹ ਆ ਜੀ ਆਪਣੇ ਲੇ ਗਿਆ ਇੰਡੀਆ ਚ ਰੂਪਕੁੰਡ ਲੇਕ ਇਹਨੂੰ ਹੱਡੀਆਂ ਦੀ ਨਦੀ ਵੀ ਕਿਹਾ ਜਾਂਦਾ ਹੱਡੀਆਂ ਦੀ ਲੇਕ ਵੀ ਕਿਹਾ ਜਾਂਦਾ ਸਕੈਲਟਨ ਹੱਡੀਆਂ ਨੂੰ ਸਕੈਲਟਨ ਹੀ ਕਹਿੰਦੇ ਅੰਗਰੇਜ਼ੀ ਚ ਭਾਵੇਂ ਘੱਟ ਪੜਿਆ ਲਿਖਿਆ ਅੰਗਰੇਜ਼ੀ ਥੋੜਾ ਹੱਤ ਟੈਟ ਆ ਤੇ ਬਾਕੀ ਗੱਲ ਸਾਡੀ ਸਾਰੀ ਰੈਟ ਆ ਹੱਡੀਆਂ ਦੀ ਲੇਖ ਕਿਹਾ ਜਾਂਦਾ ਇਹਨੂੰ ਰੂਪਕੁੰਡਿਆ ਜੀ ਉੱਤਰਾਖੰਡ ਚ ਹੱਡ ਮਿਲਦੇ ਆ ਪਹਿਲਾਂ ਇਹ 1945 ਦੇ 42 43 ਚ ਲੱਭੀ ਸੀ ਗੋਰੀਆ ਨੂੰ ਬਿਸ਼ਪ ਜੁੱਧ ਦੋ ਵੇਲੇ ਉਹ ਕਹਿੰਦੇ ਯਾਰ ਇਹ ਜਿਹੜੇ ਜਾਪਾਨੀ ਹੈਦਰੋਂ ਲੋਕ ਦੇ ਲੱਗਦੇ ਸੀ ਸਾਡੇ ਤੋਂ ਉਹਨਾਂ ਦੀਆਂ ਹੱਡੀਆਂ ਹੱਡੀਆਂ ਆ ਪਰ ਜਦੋਂ ਇਹਦੀ ਖੋਜ ਪੜਤਾਲ ਕੀਤੀ ਗਈ ਬਾਈ ਜੀ ਨਿਕਲਿਆ ਹੀ ਕੁਝ ਹੋਰ ਆ ਪਹਿਲਾਂ ਤਾਂ ਇਹ ਸੋਚਿਆ ਗਿਆ ਕਿ ਕਿਤੇ ਗੜੇ-ਗੁੜੇ ਪਏ ਹੋਣੇ ਕੁਛ ਆ ਗਿਆ ਹੋਣਾ ਜਾਪਾਨੀ ਜਿਹੜੇ ਸੀਗੇ ਉਹ ਮਰ ਮੁਰਗੇ ਹੋਣੇ ਹਨਾ ਤਾਂ 20 50 30 50 ਹਨਾ ਪਰ ਬਾਈ ਜੀ ਇਹ ਗਿਣਤੀ ਇਹਨਾਂ ਦੀ ਸੈਂਕੜਿਆਂ ਤੋਂ ਵੀ ਜ਼ਿਆਦਾ ਆ ਤੇ ਇਹ ਇੱਕ ਟਾਈਮ 'ਚ ਮਰੇਆਂ ਦੀਆਂ ਹੱਡੀਆਂ ਨਹੀਂ ਤੁਹਾਨੂੰ ਦਿਖਾਉਨੇ ਆ ਜੀ ਇਹ ਰੂਪਕੁੰਡ ਲੈ ਕੇ ਆ ਉੱਤਰਾਖੰਡ ਚ ਆ ਤੇ ਇਸ ਚ ਹੱਡੀਆਂ ਕਿਨਾ ਕਿਨਾ ਦੀਆਂ ਮਿਲੀਆਂ ਤੁਹਾਨੂੰ ਦਿਖਾਉਣਾ ਆ ਜੀ ਦੇਖ ਸਕਦੇ ਆ ਇਹਦਾ ਕਿੱਥੇ ਖਪੈਂਦੀ ਹੈ ਰੂਪਕੁੰਡ ਲੇਕ ਤੇ ਇਸ ਚ ਹੱਡੀਆਂ ਕੀ ਦੀਆਂ ਮਿਲੀਆਂ ਅਜੇ ਵੀ ਮਿਲਦੀਆਂ ਆ ਤੇ ਜਿਹੜੇ ਵਿਗਿਆਨੀ ਆ ਉਹ ਮਤਲਬ ਦੇਖ ਕੇ ਹੈਰਾਨ ਬਹੁਤ ਜ਼ਿਆਦਾ ਹੋਏ ਜਿਹੜੇ ਸੈਂਪਲ ਮਿਲੇ ਆ ਭਈ ਉਹਨਾਂ ਚ ਜਿਹੜੀਆਂ ਹੱਡ ਮਿਲੇ ਆ ਨਦੀ ਚੋਂ ਅਜੇ ਵੀ ਮਿਲਦੇ ਆ ਲੇਕ ਚੋਂ ਹਨਾ ਤੇ ਉਹਨਾਂ ਚ ਜਿਹੜੇ ਹੈਗੇ ਆ ਭਈ ਪ੍ਰੈਜ਼ੈਂਟ ਡੇ ਇੰਡੀਆ ਚ ਜਿਹੜੇ ਲੋਕ ਰਹਿੰਦੇ ਆ 23 ਸੈਂਪਲ ਤਾਂ ਮਿਲੇ ਉਹਨਾਂ ਦੇ ਤੇ 14 ਸੈਂਪਲ ਮਿਲੇ ਆ ਈਸਟਰਨ ਆ ਦੇਖ ਲੋ ਇਸੇ ਏਰੀਏ ਦੇ ਤੇ ਸਦੀਆਂ ਵੀ ਲਿਖੀਆਂ ਆ ਹਨਾ ਕਿੰਨੇ ਸਾਲ ਪੁਰਾਣੇ ਹਜ਼ਾਰਾਂ ਸਾਲ ਪੁਰਾਣੇ ਵੀ ਕਹਿੰਦਾ ਭਾਬਾ ਪਹਿਲਾਂ ਤਾਂ ਜਦੋਂ 1942-43 'ਚ ਲੇਖ ਮਿਲੀ ਸੀ ਰੂਪਕੁੰਡ ਇਹ ਸੋਚਿਆ ਗਿਆ ਵੀ ਇੱਕੋ ਹੀ ਟਾਈਮ 'ਚ ਮਰ ਗਏ ਹੋਣੇ ਵਿਚਾਰੇ ਕੋਈ ਇੱਧਰ ਉੱਧਰ ਜਾਂਦੇ ਪਰ ਬਹੁਤ ਅਜੀਬ ਇਹਦਾ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਲੋਕ ਯਾਰ ਇੰਨੀ ਵਾਰੀ ਮਰੇ ਆ ਵੀ ਬੱਕਰੀਆਂ ਬੱਕਰੀਆਂ ਕਮਿਊਨਿਟੀਆਂ ਦੇ ਖਿੱਤਿਆਂ ਦੇ ਦੇਖ ਸਕਦੇ ਆ ਸਾਊਥ-ਈਸਟ ਏਸ਼ੀਆ ਦਾ ਇੱਕ ਹਨਾ ਵੀ ਇੱਧਰ ਕਰਨ ਕੀ ਗਏ ਇਹਨਾਂ ਦੀ ਮੌਤ ਕਿ ਹੋਗੀ ਅਜੇ ਵੀ ਇੱਕ ਰਹੱਸ ਹੈ ਹਨਾ ਸਕੈਲਟਨ ਲੇਖ ਇਹਨਾਂ ਨੂੰ ਹੱਡੀਆਂ ਪਿੰਜਰ ਨੂੰ ਹੀ ਕਹਿੰਦੇ ਆ ਅੰਗਰੇਜ਼ੀ 'ਚ ਸਕੈਲੇਟਨ ਜੋ ਵੀ ਆ ਤੇ ਤੇ ਇਹਦੇ ਬਾਰੇ ਤੁਸੀਂ ਆਪਣਾ ਅੌਰਤੇ ਵੀ ਕਰ ਸਕਦੇ ਆ ਸੋ ਅਜੇ ਤੱਕ ਵੀ ਰਹੱਸ ਹੈ ਇੱਕ ਕਿਸਮ ਦਾ ਸੋ ਕਈ ਥਿਉਰੀਆਂ ਆ ਪੀ ਉਹ ਸੀ ਆ ਸੀ ਉਹ ਮਰੇ ਹੋਣੇ ਆ ਮਰੇ ਹੋਣੇ ਪਰ ਅਜੇ ਤੱਕ ਸ਼ੋਰ ਸ਼ਾਟ ਨਹੀਂ ਹੋਇਆ ਹਾਂਜੀ ਤੇ ਬਾਕੀ ਆਧਾਰ ਕਾਰਡ ਵਾਲੀ ਦੀਆਂ ਦੋ ਤਸਵੀਰਾਂ ਹੋਰ ਦਿਖਾ ਦਿੰਨੇ ਆ ਜੀ ਤੇ ਇਹ ਆ ਜੀ ਆਧਾਰ ਕਾਰਡ ਵਾਲੀ ਰੰਜਨਾ ਇਸ ਨੂੰ ਭਾਰਤ ਦਾ ਸਭ ਤੋਂ ਪਹਿਲਾ ਆਧਾਰ ਕਾਰਡ ਮਿਲਿਆ ਸੀ ਮਹਾਰਾਸ਼ਟਰ ਦੇ ਇੱਕ ਪਿੰਡ ਤੋਂ ਜਿੱਥੋਂ ਕਿ ਸ਼ੁਰੂਆਤ ਹੋਈ ਸੀ ਆਧਾਰ ਕਾਰਡ ਦੀ 2010 ਚ 9ਵੇਂ ਮਹੀਨੇ ਚ ਤੇ ਦੇਖ ਸਕਦੇ ਆ ਵਿਚਾਰੀ ਨੇ ਬਾਈ ਬਾਈ ਸਾਡੇ ਵਰਗੇ ਮਾਤੜ ਗਰੀਬ ਲੋਕਾਂ ਦੀ ਕਾਦੀ ਜ਼ਿੰਦਗੀ ਹੈ ਤਸਵੀਰਾਂ ਹੀ ਰਹਿ ਜੰਨੀਆਂ ਤਸਵੀਰਾਂ ਲਾਈਆਂ ਆ ਪਈ ਹੈ ਨਾ ਦੇਖ ਸਕਦੇ ਆਪਣੀ ਤਸਵੀਰ ਲਾਈ ਹੋਏ ਨੇ ਕੰਧ ਤੇ ਪਈ ਭਾਰਤ ਦੀ ਸਭ ਤੋਂ ਪਹਿਲੀ ਆਧਾਰ ਕਾਰਡ ਵਾਲੀ ਮੈਂ ਆ ਤੇਰਾ ਨਾਂ ਹੀ ਰਹਿ ਗਿਆ ਦੀਬਾ ਕੀ ਕਰੀਏ ਮਿਲਿਆ ਤਾਂ ਵਿਚਾਰੀ ਨੂੰ ਨੂੰ ਕੋਈ ਫਾਇਦਾ ਤਾਂ ਹੋਇਆ ਨਹੀਂਗਾ ਹੈ ਨਾ ਫਸਟ ਆਧਾਰ ਕਾਰਡ ਓਨਰਸ ਸਟਰਗਲਸ ਫੋਰ ਅ ਲਿਵਿੰਗ ਮਤਲਬ ਪਈ ਕਹਿੰਦੀ ਲਿਖਿਆ ਹੋਇਆ ਸ਼ੀ ਸੇਜ਼ ਹਾਊ ਵੀ ਟੇਕ ਆਊਟ ਅ ਲਿਵਿੰਗ ਵਿਦ ਅ ਕਾਰਡ ਹੈਨਾ ਪਈ ਕੱਲੀ ਕਾਰਡ ਨਾਲ ਹੀ ਕਹਿੰਦੀ ਮੇਰੀ ਜ਼ਿੰਦਗੀ ਲੰਘਣੀ ਮਤਲਬ ਪਈ ਬਹੁਤ ਔਖਾ ਹੋਇਆ ਕਹਿੰਦੀ ਜਦੋਂ ਮੈਨੂੰ ਕਾਰਡ ਮਿਲਿਆ ਸੀ ਸਾਰੇ ਦੇਸ਼ 'ਚ ਮਸ਼ਹੂਰ ਹੋ ਗਈ ਫੋਟੋਆਂ ਮੀਡੀਆ ਚੱਕ ਲੋ ਰੱਖ ਲੋ ਹੈਨਾ ਤੇ ਪਰ ਰੰਜਨਾ ਸੁਨਾਵਨ ਇਹਦਾ ਨਾਂ ਆ ਕਹਿੰਦੀ no job nothing we have no money nothing ਆਧਾਰ ਕਾਰਡ ਨੇ ਥੋੜੋ ਰੋਟੀ ਦੇਣੀ ਆ ਭਰਾਵੋ ਹੁਣ ਕੀ ਕਰੀਏ ਉੱਥੇ ਦਾ ਸਿਸਟਮ ਹੀ ਇਦਾਂ ਦਾ ਉੱਥੇ ਕੌਣ ਪੁੱਛਦਾ ਹੈਨਾ ਔਖਾ ਹੀ ਆ ਯਾਰ ਹੈ ਤੇ ਬਾਕੀ ਉਹਰ ਦਿਖਾਉਣੇ ਆ ਜੀ ਤੁਹਾਨੂੰ ਤਸਵੀਰਾਂ ਬਾਕੀ ਵੀਡੀਓ ਜਿਆਦਾ ਲੰਮੀ ਹੋ ਜਾਣੀ ਆ ਸੋ ਆਪਾਂ ਤਸਵੀਰਾਂ ਨੂੰ ਇੱਥੇ ਹੀ ਵਿਸ਼ਰਾਮ ਦੇ ਦਿੰਨੇ ਆ ਤੇ ਇਹ ਵੀਡੀਓ ਹੁਣ ਜੀ ਸਾਰੇ ਪਾਸੇ ਸ਼ੇਅਰ ਕਰਨ ਰਿਕੁਐਸਟ ਇਹੀ ਆ ਸਪੈਸ਼ਲੀ ਆਪਣੇ ਪੰਜਾਬ ਵਾਲਿਆਂ ਨੂੰ ਤੁਸੀਂ ਭੇਜਦੇ ਹੋ ਨਾ ਆਪਣੇ ਯਾਰਾਂ ਰਿਸ਼ਤੇਦਾਰਾਂ ਨੂੰ ਮਾਰਨਿੰਗ ਈਵਨਿੰਗ ਉਹਦੀ ਜਿਹੜਾ ਮੇਰੀ ਵੀਡੀਓ ਦਾ ਲਿੰਕ ਭੇਜਦਿਆ ਕਰਿਓ ਕੋਈ ਨਵੀਂ ਚੀਜ਼ ਅਗਲਾ ਵੀ ਦੇਖਦਾ ਖੁਸ਼ ਹੋਊਗਾ ਮਾਰਨਿੰਗ ਈਵਨਿੰਗ 365 ਦਿਨ ਤੁਸੀਂ ਭੇਜਦੇ ਅਗਲਾ ਵੀ ਕਹਿੰਦਾ ਯਾਰ ਕੀ ਆਹ ਭੇਜਦੇ ਰਹਿੰਦੇ ਮਾਰਨਿੰਗ ਈਵਨਿੰਗ ਸੋ ਇਹ ਵੀਡੀਓ ਸ਼ੇਅਰ ਕਰ ਦਿਆ ਕਰੋ ਹੁਣ ਸਾਰੇ ਪਰਿਵਾਰਕ ਗਰੁੱਪਾਂ 'ਚ ਕਿਉਂਕਿ ਬੱਚਿਆਂ ਦੇ ਕੰਮ ਦੀ ਹੈ ਹਰ ਜਗ੍ਹਾ ਸ਼ੇਅਰ ਕਰਿਓ ਜਿੰਨੇ ਵੱਧ ਸ਼ੇਅਰ ਹੋ ਮੈਨੂੰ ਹੋਰ ਹੌਸਲਾ ਮਿਲੂ ਹੋਰ ਤਾਂ ਹੱਥ ਲੈ ਕੇ ਆਊਂਗਾ ਜੇ ਤਦੋ ਸ਼ੇਅਰ ਹੀ ਨਹੀਂ ਹੁਣੇ ਫਿਰ ਬੰਦਾ ਕਹਿੰਦਾ ਯਾਰ ਰਿਸਪੌਂਸ ਹੀ ਨਹੀਂ ਵਧੀਆ ਮਿਲਿਆ ਹਨ ਕਈ ਜਗ੍ਹਾ ਮਗਜ ਮਾਰਨਾ ਪੈਂਦਾ ਇਹ ਕਿਹੜਾ 1 ਮਿੰਟ ਦਾ ਕੰਮ ਐ ਵੀ ਮੇਰੇ ਮੂਰੇ ਫੋਟੋਆਂ ਪ ਵੀਡੀਓ ਬਣਾਉਣ ਨੂੰ ਤਾਂ 5-7 ਮਿੰਟ ਲੱਗਦੇ ਪਰ ਪਿੱਛੇ ਦੀ ਮਿਹਨਤ ਬਹੁਤ ਐ ਸੋ ਦਾ ਮੁੱਲ ਤੁਹਾਡੇ 5 ਸਕਿੰਟ ਦਾ ਸ਼ੇਅਰ ਹੀ ਪਾ ਸਕਦਾ ਜੀ ਸ਼ੇਅਰ ਕਰਦੇ ਆ ਕਰੋ ਵੱਧੋ ਵੱਧ ਹਨਾ ਸ਼ੋ ਹੁੰਦੇ ਆ 200 ਸ਼ੇਅਰ ਹੋਏ ਆ ਚਲੋ ਕੋਈ ਨਹੀਂ ਭਰਾਵੋ ਠੀਕ ਆ ਹਨਾ ਤੇ ਦੇਖਣ ਵਾਲਾ ਤਾਂ 2500 ਸੀ ਆ ਦੇਖ ਸਕਦੇ ਹਿੰਦੀ ਸਵਾਲ ਲਾਈਵ ਨਾਲ ਉਹ 280 ਸ਼ੇਅਰ ਹੋਏ ਚਲੋ ਕੋਈ ਨਹੀਂ ਭਰਾਵੋ ਮਰਜੀ ਆ ਤੁਹਾਡੀ ਤੇ ਆ ਲਓ ਜੀ ਹਰ ਇੱਕ ਵੀਡੀਓ ਤੇ ਲਿੰਕ ਪਾਇਆ ਹੋਇਆ ਰੇਡੀਓ ਦਾ ਉਹ ਵੀ ਡੇਲੀ 15-20 ਲੱਖ ਲੋਕ ਦੇਖਦੇ ਆ ਤੇ ਕਲਿੱਕਾਂ ਉਹੀ 12-1500 ਹੀ ਕਰਦੇ ਆ ਚਲ ਕਾ ਕੀ ਕਹਿੰਦੇ ਹੁੰਦੇ ਆ ਕਰਮ ਕਰ ਫਲ ਦੀ ਇੱਛਾ ਮਤ ਕਰ ਤੇ ਆਹ ਕਾੜਾ ਸੈਂਟਰ ਜਿਹਦੇ ਕਲਿੱਕ ਕਰਨੀਆਂ ਭਰਾਵੋ ਤੁਸੀਂ ਉਹਨੂੰ ਘਰ ਦਵਾ ਕੇ ਹੀ ਹਟੂਗੇ ਹੈ ਰੀਮੈਕਸ ਵਾਲਿਓ ਰੋਜ਼ ਹੀ ਇਥੇ ਐਡ ਕਰਦੀ ਘਰ ਦੀ ਮੈਂ ਤਾਂ ਭਰਾਵੋ ਸਰਚ ਵੀ ਨਹੀਂ ਕਰਦਾ ਘਰ ਇੱਥੇ ਦਾ ਕੱਲ ਨੂੰ ਦਿਖਾਉਂਗਾ ਜਿੱਥੇ ਮੈਂ ਰਹਿਣਾ ਆਪਣੇ ਕੈਨੇਡਾ ਅਮਰੀਕਾ 'ਚ ਸਭ ਤੋਂ ਮਹਿੰਗਾ ਸ਼ਹਿਰ ਹੈ ਜਿੱਥੇ ਮੈਂ ਰਹਿਣਾ ਇੱਥੇ ਤਾਂ ਕਹਿੰਦੇ ਘਰ ਦਾ ਬੰਦਾ ਸੋਚੇ ਵੇ ਨਾ ਲੈਣਾ ਤਾਂ ਕਿੱਥੋਂ ਤੇ ਓਕੇ ਜੀ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਪੱਦੋ ਬਾਦਿੰਦੀ ਜਿ ਸਵਾਲ ਫੋਲੋ ਕਰਾਓ ਤੇ ਲਿੰਕ ਤੇ ਜਰੂਰ ਕਲਿੱਕ ਕਰੋ ਜਿੰਨਾ ਵਧੀਆ ਰਿਸਪੌਂਸ ਹੋਊਗਾ ਹੋਰ ਤੱਥ ਲੈ ਕੇ ਆਉਂਵਾਂ ਵਧੀਆ ਵਧੀਆ ਦੀਨ ਦੁਨੀਆਦਾਰੀ ਦੇ ਹੱਸਦੇ ਰਹੋ ਵਸਦੇ ਰਹੋ ਸਾਰਿਆਂ ਸੱਸ਼ਿਰਗਲ ਪਿੰਡਾਂ ਦਾ ਕਾਲ ਪਿੰਡ ਨਰੂੜ ਵਾਲਾ ਅਦਿਓਸ